ਅੱਜ ਦੀ ਡੇਟ ਵਿੱਚ ਪੰਜਾਬੀ 뮤직 ਇੰਨੀ ਦੂਰ ਜਾ ਚੁੱਕਾ ਹੈ ਜਿੱਥੇ ਤੱਕ ਬੋਲੀਵੁੱਡ 뮤직 ਦਾ ਹਾਲੇ ਨਾਮ ਤੱਕ ਨਹੀਂ ਲਿਆ ਜਾਂਦਾ ਦੁਨੀਆ ਦੇ ਕਿਸੇ ਵੀ ਗਾਣੇ ਦੇ ਬੋਲ ਜਿੰਨੇ ਮਰਜ਼ੀ ਵਧੀਆ ਲਿਖੇ ਹੋਣ ਉਹ ਵਧੀਆ ਬੋਲ ਨਹੀਂ ਕਿਸੇ ਕੰਮ ਦੇ ਇਸ ਸਾਲ ਤੱਕ ਆਪਣੇ ਰੁਤਬੇ ਨੂੰ ਕਾਇਮ ਰੱਖਣਾ ਕਿ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਸਤ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇੱਕ ਮਹਾਨ 뮤ਜ਼ਿਕ ਡਾਇਰੈਕਟਰ ਦੀ ਜਿਹੜਾ ਪਿਛਲੀਆਂ 3 ਪੀੜੀਆਂ ਤੋਂ ਲਗਾਤਾਰ ਇੱਕ ਸੇਮ ਲੈਵਲ ਤੇ ਚੱਲ ਰਿਹਾ ਹੈ ਹਰ ਇੱਕ ਨਵੀਂ ਪੁਰਾਣੀ ਆਡੀਅੰਸ ਨੇ ਉਹਨੂੰ ਖੂਬ ਪਿਆਰ ਦਿੱਤਾ ਉਹਦੇ ਗਾਣਿਆਂ ਨੂੰ ਖੂਬ ਰਿਪੀਟ ਤੇ ਸੁਣਿਆ ਅੱਜ ਦੀ ਡੇਟ ਵਿੱਚ ਪੰਜਾਬੀ ਮਿਊਜ਼ਿਕ ਇੰਨੀ ਦੂਰ ਜਾ ਚੁੱਕਾ ਹੈ ਜਿੱਥੇ ਤੱਕ ਬਾਲੀਵੁੱਡ ਮਿਊਜ਼ਿਕ ਦਾ ਹਾਲੇ ਨਾਮ ਤੱਕ ਨਹੀਂ ਲਿਆ ਜਾਂਦਾ ਬਿਸ਼ੱਕ ਅੱਜ ਦੀ ਡੇਟ ਵਿੱਚ ਬਾਲੀਵੁੱਡ ਫਿਲਮਾਂ ਹਜ਼ਾਰ ਹਜ਼ਾਰ ਕਰੋੜ ਰੁਪਏ ਦਾ ਬਿਜ਼ਨਸ ਕਰਦੀਆਂ ਹੋਗੀਆਂ ਪਰ ਬਾਲੀਵੁੱਡ ਦਾ ਇੱਕ ਵੀ ਐਹੋ ਜਿਹਾ ਸੌਂਗ ਨਹੀਂ ਹੈਗਾ ਜਿਹੜਾ ਕਿਸੇ ਵੀ ਪੰਜਾਬੀ ਸੌਂਗ ਨਾਲੋਂ ਵੱਡਾ ਬਣਿਆ ਹੋਵੇ ਅੱਜ ਦੀ ਡੇਟ ਵਿੱਚ YouTube ਤੇ ਬਹੁਤ ਸਾਰੇ ਪੰਜਾਬੀ ਗਾਣੇ ਪਏ ਹੋਏ ਆ ਜਿਹੜੇ 1 ਬਿਲੀਅਨ ਤੋਂ ਵੱਧ ਵਿਊਜ਼ ਇਕੱਠੇ ਕਰ ਚੁੱਕੇ ਆ ਪਰ ਬਾਲੀਵ ਸਾਡਾ ਪੰਜਾਬੀ ਗਾਣਿਆਂ ਵਿੱਚ ਪਾਏ ਜਾਣ ਵਾਲੇ 뮤직 ਦਾ ਪੰਜਾਬੀ 뮤직 ਐਨਾ ਯਾਰਾ ਵੱਡਾ ਤੇ ਐਨਾ ਸਰਲਵਾ ਕਿ ਉਹ ਲੋਕ ਜਿਨ੍ਹਾਂ ਨੂੰ ਹਿੰਦੀ ਤੱਕ ਸਮਝ ਨਹੀਂ ਆਉਂਦੀ ਉਹ ਲੋਕ ਵੀ ਪੰਜਾਬੀ 뮤직 ਸੁਣ ਸੁਣ ਕੇ ਥੋੜੀ ਥੋੜੀ ਪੰਜਾਬੀ ਬੋਲਣੀ ਤੇ ਸਮਝਣੀ ਸਿੱਖ ਰਹੇ ਆ ਦੁਨੀਆ ਦੇ ਕਿਸੇ ਵੀ ਗਾਣੇ ਦੇ ਬੋਲ ਜਿੰਨੇ ਮਰਜੀ ਵਧੀਆ ਲਿਖੇ ਹੋਣ ਉਹ ਵਧੀਆ ਬੋਲ ਵੀ ਕਿਸੇ ਕੰਮ ਦੇ ਨਹੀਂ ਜਿੰਨਾ ਚਿਰ ਉਸ ਗਾਣੇ ਨੂੰ ਵਧੀਆ 뮤직 ਨਹੀਂ ਮਿਲਦਾ ਕਿਉਂਕਿ ਇਹ ਤਾਂ ਉਹ ਗੱਲ ਹੋ ਜਾਂਦੀ ਹੈ ਕਿ ਜਿਵੇਂ ਕਿਸੇ ਨੇ ਨੇਹਾਂ ਤਾਂ ਬਹੁਤ ਮਜ਼ਬੂਤ ਬਣਾ ਲਈਆਂ ਪਰ ਜਦੋਂ ਗੱਲ ਆਈ ਕੰਧਾ ਬਣਾਉਣ ਦੀ ਕੰਧਾ ਦੀ ਚਣਾਈ ਕੱਲੀ ਰੇਤਾਂ ਨਾਲ ਕਰ ਦਿੱਤੀ ਦੁਨੀਆ ਦੀ ਕੋਈ ਵੀ ਮਜ਼ਬੂਤ ਨੇ ਉਸ ਦੁਨੀਆ ਦੇ ਕਿਸੇ ਵੀ ਗਾਣੇ ਨੂੰ ਬਹੁਤ ਵੱਡਾ ਬਣਾਉਣ ਵਾਸਤੇ ਉਹਦਾ ਮਿਊਜ਼ਿਕ ਵੀ ਓਨਾ ਹੀ ਵੱਡਾ ਹੋਣਾ ਚਾਹੀਦਾ ਹੈ ਆਪਾਂ ਪੰਜਾਬੀ ਇੰਡਸਟਰੀ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਵਧੀਆ ਸਿੰਗਰਾਂ ਦੀ ਗੱਲ ਤਾਂ ਹਮੇਸ਼ਾ ਕਰਦੇ ਹੀ ਰਹਿੰਦੇ ਆ ਪਰ ਲੰਬੇ ਸਮੇਂ ਤੱਕ ਚੱਲਣ ਵਾਲੇ ਵਧੀਆ 뮤직 ਡਾਇਰੈਕਟਰਾਂ ਨੂੰ ਹਮੇਸ਼ਾ ਇਗਨੋਰ ਕਰ ਦਿੰਦੇ ਆ ਇੱਕ ਟਾਈਮ ਹੁੰਦਾ ਸੀ ਜਦੋਂ ਪੰਜਾਬੀ 뮤직 ਡਾਇਰੈਕਟਰ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਦੇ ਸੀ ਨਾ ਤਾਂ ਉਹਨਾਂ ਦੀ ਕਿਸੇ ਨੂੰ ਸ਼ਕਲ ਜਾਨ ਹੁੰਦੀ ਸੀ ਨਾ ਹੀ ਉਹਨਾਂ ਦਾ ਕੋਈ ਨਾਮ ਪਰ ਹੁਣ ਸਮਾਂ ਚੇਂਜ ਹੋ ਚੁੱਕਾ ਆ ਅੱਜ ਦੀ ਡੇਟ ਵਿੱਚ ਕੋਈ ਵੀ 뮤직 ਡਾਇਰੈਕਟਰ ਇੱਕ ਸਿੰਗਰ ਨਾਲੋਂ ਵੱਧ ਪਹਿਚਾਣ ਰੱਖਦਾ ਆ ਅੱਜ ਕੱਲ ਕੋਈ ਵੀ ਨਵਾਂ ਗਾਣਾ ਆਵੇ ਆਪਾਂ ਸਿੰਗਰ ਦਾ ਨਾਮ ਦੇਖੀਏ ਜਾਂ ਨਾ ਦੇਖੀਏ ਪਰ ਇਹ ਜ਼ਰ ਸ਼ਲੇ 30 ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਆ 1992 ਵਿੱਚ ਉਹ ਇਸ ਇੰਡਸਟਰੀ ਵਿੱਚ ਆਇਆ ਸੀ ਤੇ 2023 ਤੱਕ ਸੇਮ ਲੈਵਲ ਤੇ ਕੰਮ ਕਰ ਰਿਹਾ ਆ ਉਹਦਾ ਨਾਮ ਆ ਜੀ ਡਾਕਟਰ ਜੂਜ਼ ਡਾਕਟਰ ਜੂਜ਼ ਦਾ ਜਨਮ 22 ਮਾਰਚ 1970 ਨੂੰ ਹੋਇਆ ਤੇ ਉਹਦਾ ਅਸਲ ਨਾਮ ਹੈਗਾ ਬਲਜੀਤ ਸਿੰਘ ਪਦਮ ਇੰਗਲੈਂਡ ਵਿੱਚ ਜੰਮਿਆ ਪਲਿਆ ਹੋਣ ਕਾਰਨ ਉਹਨੂੰ ਇੰਗਲਿਸ਼ 뮤직 ਦਾ ਸ਼ੌਂਕ ਸੀ ਇਸੇ ਕਰਕੇ ਉਹਦੇ 뮤직 ਵਿੱਚ ਹਮੇਸ਼ਾ ਇੰਗਲਿਸ਼ ਟੱਚ ਹੀ ਨਜ਼ਰ ਆਉਂਦਾ ਆ ਡਾਕਟਰ ਜੂਜ਼ ਦੀ 뮤직 ਇੰਡਸਟਰੀ ਵਿੱਚ ਐਂਟਰੀ ਹੁੰਦੀ ਆ ਸਨ 1992 ਵਿੱਚ ਪਰ ਥੋੜੀ ਥੋੜੀ ਪਛਾਣ ਮਿਲਣੀ ਸ਼ੁਰੂ ਹੋ ਜਾਂਦੀ ਆ 1998 ਵਿੱਚ ਪਰ ਬੱਚੇ ਬੱਚੇ ਇਨ ਵਿੱਚ ਜਦੋਂ ਉਹ ਗਾਣਾ ਰਿਲੀਜ਼ ਕਰਦਾ ਆ ਕੰਗਣਾ ਇਸੇ ਸਾਲ ਬੀਬੀਸੀ ਏਸ਼ੀਆ ਨੈਟਵਰਕ ਵੱਲੋਂ ਕੰਗਣਾ ਗਾਣੇ ਨੂੰ ਬੈਸਟ Song ਦਾ ਅਵਾਰਡ ਵੀ ਮਿਲਦਾ ਹੈ 2003 ਤੋਂ ਲੈ ਕੇ 2023 ਤੱਕ ਡਾਕਟਰ ਯੂਜ਼ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇਹਨਾਂ 20 ਸਾਲਾਂ ਵਿੱਚ ਡਾਕਟਰ ਯੂਜ਼ ਕੋਲ ਨਾ ਤਾਂ ਕਦੇ ਕੰਮ ਦੀ ਕਮੀ ਆਈ ਤੇ ਨਾ ਹੀ ਉਹਦੇ 뮤직 ਵਿੱਚ ਕੋਈ ਕਮੀ ਪਾਈ ਗਈ 20 ਸਾਲ ਤੱਕ ਆਪਣੇ ਰੁਤਬੇ ਨੂੰ ਕਾਇਮ ਰੱਖਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਕਿਉਂਕਿ ਇਹਨਾਂ 20 ਸਾਲਾਂ ਵਿੱਚ ਪੰਜਾਬੀ 뮤직 ਇੰਡਸਟਰੀ ਵਿੱਚ ਬਹੁਤ ਸਾਰੇ ਦੌਰ ਆਏ ਤੇ ਚਲੇ ਗਏ ਬਹੁਤ ਸਾਰੇ ਚੇਂਜਸ ਆਏ ਪਰ ਡਾਕਟਰ ਯੂਜ਼ ਦਾ ਲੈਵਲ ਅੱਜ ਵੀ ਸੇਮ ਰੀਮਿਕਸ ਕੀਤਾ ਪਰ ਡਾਕਟਰ ਯੂਜ਼ ਨੇ ਦੂਸਰੇ ਤਫਤੇ ਅਲੀ ਖਾਨ ਸਾਹਿਬ ਦੀ ਇੱਕ ਕਵਾਲੀ ਰੀਮਿਕਸ ਕੀਤੀ ਸੀ ਵਿੱਚ ਪਰਦੇਸਾਂ ਦੇ ਉਹੋ ਜੀ ਮਿਕਸਿੰਗ ਕਿਸੇ ਵੀ ਗਾਣੇ ਦੀ ਕਿਸੇ ਵੀ 뮤직 ਡਾਇਰੈਕਟਰ ਵੱਲੋਂ ਨਹੀਂ ਹੋ ਪਾਈ ਡਾਕਟਰ ਯੂਜ਼ ਨੇ ਵੈਸੇ ਤਾਂ ਬਹੁਤ ਸਾਰੇ ਸਿੰਗਰਾਂ ਨਾਲ ਕੰਮ ਕੀਤਾ ਤੇ ਬਹੁਤ ਸਾਰੇ ਗਾਣਿਆਂ ਨੂੰ 뮤직 ਦਿੱਤਾ ਜਿੰਨੇ ਵੀ ਗਾਣਿਆਂ ਨੂੰ 뮤직 ਦਿੱਤਾ ਲਗਭਗ ਸਾਰੇ ਹੀ ਸੁਪਰ ਡੂਪਰ ਹਿੱਟ ਹੋਏ ਪਰ ਪੰਜ ਪੰਜਾਬੀ ਸਿੰਗਰ ਇਹੋ ਜਿਹੇ ਆ ਜਿਨ੍ਹਾਂ ਨਾਲ ਡਾਕਟਰ ਯੂਜ਼ ਦੀ ਜੋਗਲਬੰਦੀ ਬਹੁਤ ਘੈਂਟ ਤੇ ਬਹੁਤ ਲੰਬੇ ਸਮੇਂ ਤੱਕ ਚੱਲੀ ਉਹ ਸਿੰਗਰ ਆ ਜੀ ਜੈਜੀ ਵੀ ਅਮਰਿੰਦਰ ਗਿੱਲ ਬਲਾਲ ਸੇਦ ਜੋਰਾ ਰੰਧਾਵਾ ਤੇ ਰਾਜਵੀਰ ਇਹਨਾਂ ਸਿੰਗਰਾਂ ਨਾਲ ਕੀਤੇ ਹੋਏ ਲਗਭ ਅਮਰਿੰਦਰ ਗਿੱਲ ਦੀ ਜੁਦਾ ਐਲਬਮ ਬਣਾ ਤਾ ਤੁਹਾਨੂੰ ਕਿਹੜਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਕਿਸੇ ਦੱਸੇ ਹੋਏ ਟੋਪਿਕ ਉੱਤੇ ਵੀਡੀਓ ਬਣਾਵਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਹੋ ਜਿਹੇ ਟੋਪਿਕ ਉੱਤੇ ਕਿਹੋ ਜਿਹੀ ਵੀਡੀਓ ਦੇਖਣੀ ਚਾਹੁੰਦੇ ਹੋ ਜੇ ਸੇਮ ਟੋਪਿਕ ਵਾਲੇ ਬਹੁਤ ਸਾਰੇ ਕਮੈਂਟ ਆਏ ਤਾਂ ਮੈਂ ਇੱਕ ਵੀਡੀਓ ਜਰੂਰ ਬਣਾਵਾਂਗਾ ਆਉਣ ਵਾਲੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਜੇ ਤੁਸੀਂ ਵੀ ਡਾਕਟਰ ਜੂਸ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ